ਉਹਦੇ ਵਿੱਚ ਕੰਮ ਕਰੇ ਸ਼ੁਰੂ ਕਰਕੇ ਆਖਣਗੇ ਜਾਂ ਦੇਖੋ ਜੀ ਗੈਰ ਵਿਵਾਦਤ ਜ਼ਮੀਨ ਤੇ ਅਸੀਂ ਨਿਰਮਾਣ ਕਾਰਜ ਜਿਹੜੇ ਆ ਉਹ ਪ੍ਰਾਰੰਭ ਕਰ ਦਿੱਤੇ ਆ, ਪਰ ਵਿਵਾਦਤ ਜ਼ਮੀਨ ਦਾ ਜਿਹੜਾ ਟੁਕੜਾ ਉਹਦੀ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ, ਇਸ ਕਰਕੇ ਮਾਫ਼ੀ ਜਿਵੇਂ ਨਿਬੜ ਜੂਗਾ ਅਸੀਂ ਇੱਥੇ ਰਾਮ ਮੰਦਿਰ ਵੀ ਬਣਾ ਕੇ। ਜੀ ਬਿਲਕੁਲ ਬਿਲਕੁਲ, ਹੁਣ ਚੋਣਾਂ ਦੇ ਵਿੱਚ ਆਪਣਾ ਪਲੜਾ ਭਾਰੀ ਕਰਨ ਦੇ ਲਈ ਬਹੁਤ ਕੁਛ ਜਿਹੜੇ ਆ ਉਹ ਵਰਤਿਆ ਜਾਊਗਾ ਦਾਪੇ 'ਚ। ਅਗਲੀ ਜਿਹੜੀ ਮਿੰਟੋ ਜੀ ਗੱਲ ਕਰਦੇ ਹਾਂ, ਮੱਧ ਪ੍ਰਦੇਸ਼ ਵਿੱਚ ਕਿਸਾਨ ਕਰਜ਼ ਮਾਫ਼ੀ ਦੇ ਵਿੱਚ ਘੁਟਾਲੇ ਦੀ ਮੁਸ਼ਕ। ਮੈਂ ਅਕਸਰ ਕਿਆ ਕਰਦਾ ਹਾਂ ਕਿ ਕੱਕਾ ਕਲੇਸ਼ ਤੇ ਕੱਕਾ ਕਾਂਗਰਸ, ਪਰ ਇੱਕ ਨਾਲ ਕੱਕਾ ਹੋਰ ਚੱਲਦਾ, ਕੱਕਾ ਕਰਪਸ਼ਨ, ਇਹ ਵੀ ਰਾਸ਼ੀ ਦੇ ਨਾਲ ਹੀ ਜੁੜ ਜਾਂਦਾ। ਮੱਧ ਪ੍ਰਦੇਸ਼ ਦੇ ਵਿੱਚ ਕਿਸਾਨਾਂ ਦੀ ਕਰਜ਼ ਮਾਫ਼ੀ ਇਹਨਾਂ ਨੇ ਕੀਤੀ ਸੀਗੀ, ਹਾਲਾਂਕਿ ਉਹ ਕਰਜ਼ ਮਾਫ਼ੀ ਹੈ ਜਿਹੜੀ ਉਹ ਪੰਜਾਬ ਦੀ ਤਰਜ਼ ਤੇ ਹੋਈ ਆ, ਕੋਈ ਬਹੁਤਾ ਫਰਕ ਨਹੀਂ ਹੋਇਆ। ਤਾਂ ਹੁਣ ਉਹਦੇ ਵਿੱਚੋਂ ਇੱਕ ਖਬਰ ਨਿਕਲਦੀ ਪਈ ਆ ਕਿ ਜਿਹੜੀ ਇਹਨਾਂ ਨੇ ਕਰਜ਼ ਮਾਫ਼ੀ ਕੀਤੀ ਸੀਗੀ ਉਹਦੇ ਵਿੱਚ ਕਈ 100 ਕਰੋੜ ਦਾ ਘਪਲਾ ਹੋਇਆ। ਇੱਥੋਂ ਤੱਕ ਕਿ ਖੁਦ ਮੁੱਖ ਮੰਤਰੀ ਕਮਲਨਾਥ ਇਸ ਗੱਲ ਦੀ ਪੁਸ਼ਟੀ ਕਰਦਾ ਪਿਆ ਕਿ ਘੁਟਾਲਾ ਹੋ ਸਕਦਾ ਤੇ ਇਹਦੇ ਵਿੱਚ ਲਗਭਗ 2000 ਕਰੋੜ ਰੁਪਏ ਦੀ ਹੇਰਾਫੇਰੀ ਕੀਤੀ ਹੋ ਸਕਦੀ ਹੈ। ਤਾਂ ਹੁਣ ਤੁਸੀਂ ਇਹ ਦੇਖ ਲਓ ਕਿ ਆਪ ਹੀ ਕਮਲਨਾਥ ਜੀ ਆ ਜਿਹੜੇ ਕੁਛ ਦਿਨ ਪਹਿਲਾਂ ਮੁੱਖ ਮੰਤਰੀ ਬਣੇ ਆ ਉਹ ਇਸ ਗੱਲ ਤੇ ਮੋਹਰ ਲਾਉਣ ਡੇ ਆ ਕਿ 2000 ਕਰੋੜ ਦੀ ਹੇਰਾਫੇਰੀ ਹੋ ਸਕਦੀ। 2000 ਕਰੋੜ ਰੁਪਇਆ ਤੇ ਇਸ ਤਰ੍ਹਾਂ ਕਹਿ ਦਿੰਦੇ ਆ ਜਿਸ ਤਰ੍ਹਾਂ ਹੱਟੀ ਤੋਂ 500-700 ਦਾ ਸੌਦਾ ਲੈ ਕੇ ਆਏ ਹੁੰਦੇ ਆ ਕਿ ਲਓ ਜੀ ਆ 500-700 ਦਾ ਮਾਮਲਾ ਹੀ ਆ। ਤੋ ਇਹ ਵੇਖਣ ਵਾਲੀ ਗੱਲ ਹੈ ਕਿ 2000 ਕਰੋੜ ਨੂੰ ਇਹ ਘਪਲਾ ਜਿਹਾ ਦੱਸਦੇ ਆ। ਵੈਸੇ ਇਹ ਘਪਲਾ ਜਿਹੜਾ ਹੋਇਆ ਬੜੇ ਹੈਰਾਨੀਜਨਕ ਢੰਗ ਦੇ ਨਾਲ ਆ, ਦੱਸਦੇ ਆ ਕਿ ਲਿਸਟਾਂ ਦੇ ਵਿੱਚ ਕੁਛ ਨਾਂ ਉਹ ਵੀ ਫੜੇ ਗਏ ਅਸਲ ਦੇ ਵਿੱਚ ਜਿਹਨਾਂ ਨੇ ਕਦੇ ਜ਼ਿੰਦਗੀ ਦੇ ਵਿੱਚ ਲੋਨ ਲਿਆ ਹੀ ਨਹੀਂ ਸੀਗਾ, ਯਾਨੀ ਜਿਹਨਾਂ ਨੇ ਕਦੇ ਕਰਜ਼ੇ ਦਾ ਮੂੰਹ ਹੀ ਨਹੀਂ ਵੇਖਿਆ ਉਹਨਾਂ ਨੂੰ ਕਰਜ਼ਦਾਰ ਬਣਾ ਕੇ ਮੁੜ ਕੇ ਲਾਭਪਾਤਰੀ ਬਣਾ ਦਿੱਤਾ ਗਿਆ ਕਿ ਇਹਨਾਂ ਦਾ ਕਰਜ਼ਾ ਮਾਫ਼ ਕਰ ਦਿੱਤਾ ਗਿਆ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਐਡੀ ਵੱਡੀ ਗੇਮ ਜਿਹੜੀ ਆ ਉਹ ਕਿਸੇ ਇੱਕ ਬੰਦੇ ਨੇ ਤਾਂ ਖੇਡੀ ਨਹੀਂ ਹੋਣੀ, ਉਸ ਗੇਮ ਦੇ ਵਿੱਚ ਕਈ ਖਿਡਾਰੀ ਹੋਣ, ਉਹ ਖਿਡਾਰੀ ਕਿਹੜੇ ਕਿਹੜੇ ਆ ਉਹ ਨਹੀਂ ਲੱਭੇ ਜਾਣਗੇ ਕਦੇ ਵੀ, ਕਿਉਂਕਿ ਉਹਨਾਂ ਖਿਡਾਰੀਆਂ ਦੇ ਵਿੱਚ ਅਸਲ ਦੇ ਅੰਦਰ ਜੋ ਆਪਾਂ ਦੇਖਦੇ ਹਾਂ ਕਿ ਇੱਕ ਨੈਕਸਿਸ ਬਣਿਆ ਹੁੰਦਾ, ਤਾਂ ਉਸ ਨੈਕਸਿਸ ਦੇ ਵਿੱਚ ਹਮੇਸ਼ਾ ਸਰਕਾਰ ਦੀ ਜਿਹੜੀ ਮਸ਼ੀਨਰੀ ਉਹਦੇ ਪੁਰਜ਼ੇ ਕੰਮ ਕਰਦੇ, ਉਹ ਆਪਣੇ ਪੁਰਜ਼ਿਆਂ ਨੂੰ ਕਦੇ ਵੀ ਲਹਿਦਾ ਨਹੀਂ ਕਰਦੇ ਕਿਉਂਕਿ ਉਹਨਾਂ ਦੇ ਕਈ ਰਾਜ਼ ਨੇ। ਜੀ ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਭਗਵੰਤ ਮਾਨ ਬਣਿਆ ਪ੍ਰਧਾਨ ਮਜੀਠੀਆ ਤੋਂ ਕੇਜਰੀਵਾਲ ਦੀ ਮਾਫ਼ੀ ਤੇ ਭਗਵੰਤ ਮਾਨ ਦਾ ਸਪਸ਼ਟੀਕਰਨ। ਇਹ ਕਹਿਣਾ ਚਾਹੀਦਾ ਕਿ ਭਗਵੰਤ ਮਾਨ ਦੁਬਾਰਾ ਪ੍ਰਧਾਨ ਬਣਿਆ, ਪਹਿਲਾਂ ਵੀ ਪ੍ਰਧਾਨ ਬਣਿਆ, ਫਿਰ ਅਸਤੀਫਾ ਆ ਗਿਆ, ਫਿਰ ਉਸ ਤੋਂ ਬਾਅਦ ਕੋਰ ਕਮੇਟੀ ਨੇ ਕਿਹਾ ਕਿ ਨਹੀਂ ਅਸੀਂ ਤੁਹਾਡਾ ਅਸਤੀਫਾ ਜਿਹੜਾ ਮਨਸੂਰ ਹੀ ਨਹੀਂ ਕਰਨਾ, ਤੁਸੀਂ ਪ੍ਰਧਾਨ ਰਹੋਗੇ, ਤੇ ਫਿਰ ਹੁਣ ਦੁਬਾਰਾ ਪ੍ਰਧਾਨ ਬਣ ਗਏ ਆ। ਤੋ ਇਹਨਾਂ ਨੇ ਮਾਫ਼ੀ ਤੇ ਸਪਸ਼ਟੀਕਰਨ ਦਿੱਤਾ ਕਿਉਂਕਿ ਦੇਖੋ ਹੈ ਤੇ ਸਾਰਾ ਡਰਾਮਾ ਆਪਾਂ ਨੂੰ ਵੀ ਪਤਾ, ਕੋਈ ਏਡੇ ਨਿਆਣੇ ਤੇ ਹੈ ਨੀ ਕਿ ਪੰਜਾਬ ਵਾਸੀ ਕਿ ਇਹਨਾਂ ਚੀਜ਼ਾਂ ਨੂੰ ਸਮਝ ਨਾ ਸਕਣ। ਜਦੋਂ ਲੋਕਾਂ ਦਾ ਰੋਹ ਸੀਗਾ, ਲੋਕਾਂ ਦਾ ਗੁੱਸਾ ਸੀਗਾ, ਉਸ ਸਮੇਂ ਭਗਵੰਤ ਮਾਨ ਉਸੇ ਵਹਿਣ ਚ ਵਗਿਆ, ਉਹਨੇ ਅਸਤੀਫਾ ਦੇ ਦਿੱਤਾ, ਨਾਲੇ ਕਿਹਾ ਕਿ ਇਹਨਾਂ ਨੇ ਪੁੱਛੇ ਬਗੈਰ ਸਾਨੂੰ ਮਾਫ਼ੀ ਮੰਗ ਲਈ ਆ, ਜਦੋਂ ਤੱਕ ਸਪਸ਼ਟ ਨਹੀਂ ਕਰਦੇ ਮੈਂ ਇਹ ਅਹੁਦਾ ਜਿਹੜਾ ਗ੍ਰਹਿਣ ਨਹੀਂ ਕਰੂੰਗਾ। ਬਾਅਦ ਦੇ ਵਿੱਚ ਰੈਲੀ ਤੱਕ ਸਾਂਝੀ ਕਰ ਲਈ, ਸਟੇਜ ਤੱਕ ਸਾਂਝੀ ਕਰ ਲਈ, ਇੱਥੋਂ ਤੱਕ ਕੇਜਰੀਵਾਲ ਨੇ ਇਹ ਵੀ ਕਹਿ ਦਿੱਤਾ ਕਿ ਭਗਵੰਤ ਮਾਨ ਤਾਂ ਮੇਰੇ ਨਾਲ ਰੋਜ਼ਾਨਾ ਟੈਲੀਫੋਨ ਤੇ ਗੱਲ ਕਰਦਾ, ਇਹ ਕਹਿੰਦੇ ਜੀ ਮੇਰੀ ਗੱਲਬਾਤ ਨਹੀਂ ਹੋ ਰਹੀ, ਹਾਲੇ ਉਹ ਸਪਸ਼ਟ ਨਹੀਂ ਕਰ ਰਹੇ ਕਿ ਕੀ ਵਜ੍ਹਾ ਰਹੀ ਆ, ਕਿਸ ਕਰਕੇ ਇਹਨਾਂ ਨੇ ਇਹ ਜਿਹੜੀ ਮਾਫ਼ੀ ਮੰਗੀ ਆ। ਉਹ ਇੱਕ ਭੇਤ ਭਰੀ ਦੋਹਾਂ ਪਾਸਿਆਂ ਤੋਂ ਇਹ ਇਲਜ਼ਾਮ ਤਰਾਸ਼ੀ ਤੇ ਨਹੀਂ ਕਹਿ ਸਕਦੇ, ਬਿਆਨਬਾਜ਼ੀ ਜ਼ਰੂਰ ਹੁੰਦੀ ਰਹੀ, ਭੇਤ ਭਰੀ ਸੀ ਦੋਨਾਂ ਤੋਂ। ਤਾਂ ਫਿਰ ਹੁਣ ਇਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਤੇਜ਼ੀ ਨਾਲ ਵਾਪਰੀਆਂ, ਆਪਾਂ ਨੂੰ ਪਤਾ ਹੀ ਹੈ ਸੁਖਪਾਲ ਖਹਿਰਾ ਤੜਾ ਜਿਹੜਾ ਉਹ ਅਲੱਗ ਹੋ ਗਿਆ, ਉਹ ਇਹਨਾਂ ਨੇ ਅੱਜ ਫਿਰ ਅਹੁਦਾ ਜਿਹੜਾ ਗ੍ਰਹਿਣ ਕੀਤਾ। ਮਨੀਸ਼ ਸਿਸੋਦੀਆ ਜਿਹੜਾ ਉਹ ਉਚੇਚਾ ਇੱਥੇ ਆਇਆ, ਉਹਨੇ ਇਹਨੂੰ ਅਹੁਦਾ ਦਵਾ ਦਿੱਤਾ ਭਗਵੰਤ ਮਾਨ ਨੂੰ, ਨਾਲ ਕਿਹਾ ਕਿ ਸਾਰਾ ਕੰਮ ਕਰ ਭਗਵੰਤ ਮਾਨ ਹੁਣ ਤੋਂ ਸਾਂਭੂਗਾ। ਇਹਦਾ ਮਤਲਬ ਇਹ ਆ ਕਿ ਅੱਗੇ ਭਗਵੰਤ ਮਾਨ ਕੁਛ ਨਹੀਂ ਸੀ ਕਰਦਾ, ਇਹ ਕਹਿ ਰਹੇ ਕਿ ਸਾਰਾ ਕੰਮ ਕਰ ਸਾਂਭੂਗਾ। ਭਗਵੰਤ ਮਾਨ ਹੀ ਸੀਗਾ ਇਹਨਾਂ ਦੇ ਕੋਲ ਚਿਹਰਾ ਸੁਖਪਾਲ ਖਹਿਰਾ ਦੇ ਜਾਣ ਤੋਂ ਬਾਅਦ, ਆਪਾਂ ਨੂੰ ਪਤਾ ਹੀ ਆ ਕਿ ਕੋਈ ਵੀ ਜੇ ਚਿਹਰਾ ਜਿਹੜਾ ਕਰਾਊਡ ਪੁੱਲਰ ਹੋਵੇ ਉਹ ਭਗਵੰਤ ਮਾਨ ਹੀ ਸੀਗਾ, ਇਹਨਾਂ ਦੇ ਕੋਲ ਦੂਸਰਾ ਚਿਹਰਾ ਨਹੀਂ। ਇਹੀ ਮਜਬੂਰੀ ਆ ਕਿ ਇਹਨਾਂ ਨੇ ਭਗਵੰਤ ਮਾਨ ਨੂੰ ਦੁਬਾਰਾ ਕਮਾਂਡ ਸੌਂਪੀ ਹੈ। ਹੁਣ ਇਹਨਾਂ ਨੇ ਸਪਸ਼ਟੀਕਰਨ ਦਿੱਤਾ, ਉਹ ਕਹਿੰਦੇ ਆ ਜੀ ਕਿ ਦੇਖੋ ਰਾਜਨੀਤਿਕ ਕੂਟਨੀਤੀ ਤਹਿਤ ਮਜੀਠੀਆ ਤੋਂ ਮਾਫ਼ੀ ਜ਼ਰੂਰ ਮੰਗੀ ਆ, ਪਰ ਮਜੀਠੀਆ ਨੂੰ ਕਲੀਨ ਚਿੱਟ ਨਹੀਂ ਦਿੱਤੀ। ਹੁਣ ਦੇਖੋ ਕਿੰਨੀ ਚਲਾਕੀ ਨਾਲ ਇਹ ਚੀਜ਼ ਜਿਹੜੀ ਆ ਸਪਸ਼ਟ ਕਰਦੇ ਪਏ ਆ, ਕਹਿੰਦੇ ਜੀ ਕਿ ਰਾਜਨੀਤਿਕ ਕੂਟਨੀਤੀ ਸੀ, ਮਤਲਬ ਕਿ ਸਾਡੀ ਚਲਾਕੀ ਸੀਗੀ, ਮਜੀਠੀਆ ਤੋਂ ਮਾਫ਼ੀ ਜ਼ਰੂਰ ਮੰਗੀ ਆ, ਪਰ ਮਜੀਠੀਆ ਨੂੰ ਕਲੀਨ ਚਿੱਟ ਨਹੀਂ ਦਿੱਤੀ। ਤੇ ਨਾਲ ਹੀ ਭਗਵੰਤ ਮਾਨ ਜੀ ਕਹਿੰਦੇ ਆ
ਕਿ ਪੰਜਾਬ ਯੂਨਿਟ ਵੱਲੋਂ ਨਸ਼ਿਆਂ ਦੇ ਮੁੱਦੇ ਤੇ ਫਰੰਟ ਖੁੱਲ੍ਹਾ ਰੱਖਿਆ ਜਾਊਗਾ। ਤੇ ਨਾਲ ਉਹਨਾਂ ਨੇ ਕਿਹਾ ਕਿ ਨਸ਼ਿਆਂ ਦੇ ਸਮੁੰਦਰ ਤੇ ਜਿੱਤ ਨਹੀਂ ਹਾਸਲ ਕਰ ਲੈਂਦੇ ਆਪ ਵੱਲੋਂ ਉਦੋਂ ਤੱਕ ਸੰਘਰਸ਼ ਹੈ ਜਿਹੜਾ ਰੋਕਿਆ ਨਹੀਂ ਜਾਊਗਾ। ਤਾਂ ਹੁਣ ਇਹਦੇ ਵਿੱਚ ਇਹਨਾਂ ਦਾ ਸਪਸ਼ਟੀਕਰਨ ਹੈ ਜਿਹੜਾ ਉਹ ਸਾਫ਼ ਇਹਨਾਂ ਦੇ ਜਿਹੜੇ ਫਸਲ ਹੋਣ ਦਾ ਸੰਕੇਤ ਦਿੰਦਾ, ਕਿਉਂਕਿ ਇਹ ਉਹ ਭਗਵੰਤ ਮਾਨ ਆ ਜਿਹੜੇ ਕਹਿੰਦੇ ਸੀਗੇ ਕਿ ਦੇਖੋ ਜੀ ਸਾਨੂੰ ਇਹਨਾਂ ਨੇ ਦੱਸੇ ਤੋਂ ਬਗੈਰ, ਸਾਨੂੰ ਇਹਨਾਂ ਨੇ ਪੁੱਛੇ ਤੋਂ ਬਗੈਰ ਮਾਫ਼ੀ ਮੰਗ ਲਈ ਆ। ਹੁਣ ਕਹਿੰਦੇ ਕਿ ਰਾਜਨੀਤਿਕ ਕੂਟਨੀਤੀ ਦੇ ਲਿਹਾਜ਼ ਨਾਲ ਮਾਫ਼ੀ ਮੰਗੀ ਗਈ। ਕਹਿਣ ਦਾ ਭਾਵ ਉਹਨਾਂ ਦਾ ਇਹ ਸੀਗਾ ਕਿ 33-34 ਕੇਸ ਬਣ ਗਏ ਸੀਗੇ, ਦਿੱਲੀ ਦਾ ਕੰਮ ਪ੍ਰਭਾਵਿਤ ਹੁੰਦਾ ਸੀ, ਇਸ ਕਰਕੇ ਕੂਟਨੀਤੀ ਦੀ ਮੰਗ ਇਹ ਸੀਗੀ ਕਿ ਮਾਫ਼ੀ ਮੰਗ ਲਈ ਜਾ। ਪਰ ਹਾਂ ਚੀਜ਼ ਜੇ ਆਪਾਂ ਦੂਸਰੇ ਪੱਖ ਤੋਂ ਲਈਏ ਤਾਂ ਭਗਵੰਤ ਮਾਨ ਨੂੰ ਇਹ ਸਵਾਲ ਕੀਤਾ ਜਾਣਾ ਚਾਹੀਦਾ ਕਿ ਚਲੋ ਠੀਕ ਹੈ ਸਭੇ ਗੱਲਾਂ ਤੁਹਾਡੀਆਂ ਠੀਕ ਆ, ਕਿਉਂਕਿ ਤੁਹਾਡੇ ਨਾਲ ਗੱਲਾਂ ਚ ਵੈਸੇ ਵੀ ਕੋਈ ਪੂਰਾ ਨਹੀਂ ਆ ਸਕਦਾ, ਪਰ ਜੇ ਹਾਈ ਚੀਜ਼ ਸੀਗੀ ਤੇ ਤੁਸੀਂ ਇੱਕ ਟੈਲੀਫੋਨ ਕਾਲ ਦਿੱਲੀ ਕਰਕੇ ਉਦੋਂ ਹੀ ਪੁੱਛ ਲੈਂਦੇ ਅਸਤੀਫਾ ਦੇਣ ਤੋਂ ਪਹਿਲਾਂ। ਹੁਣ ਆ ਗੱਲਾਂ ਸਪਸ਼ਟ ਕਰਦੇ ਹੋ ਕਿ ਨਹੀਂ ਜੀ ਉਹ ਮਾਫ਼ੀ ਮੰਗਣੀ ਜਾਇਜ਼ ਸੀਗੀ, ਵਾਜਬ ਸੀਗੀ, ਤਾਂ ਆਹੀ ਚੀਜ਼ਾਂ ਤੁਸੀਂ ਉਦੋਂ ਕਹਿ ਦਿੰਦੇ ਕਰਨੀਆਂ ਤੇ ਉਦੋਂ ਵੀ ਆਹੀ ਚੀਜ਼ਾਂ ਸੀ ਤੁਸੀਂ, ਤੇ ਹੁਣ ਵੀ ਆਹੀ ਚੀਜ਼ਾਂ ਤੁਸੀਂ ਕਰ ਰਹੇ ਹੋ। ਫਰਕ ਇੰਨਾ ਹੀ ਆ ਕਿ ਹੁਣ ਨੁਕਸਾਨ ਬਹੁਤ ਹੋ ਚੁੱਕਾ ਆਮ ਆਦਮੀ ਪਾਰਟੀ ਦਾ, ਤਾਂ ਜੇ ਉਦੋਂ ਇਹ ਚੀਜ਼ਾਂ ਸਪਸ਼ਟ ਕਰ ਲਈਆਂ ਜਾਂਦੀਆਂ ਤੇ ਸ਼ਾਇਦ ਇੱਥੋਂ ਤੱਕ ਪਾੜੇ ਨਾ ਵੱਧਦੇ। ਖੈਰ ਭਗਵੰਤ ਮਾਨ ਨੇ ਇਹ ਜਿਹੜਾ ਸਪਸ਼ਟੀਕਰਨ ਦਿੱਤਾ ਉਹਦੇ ਤੇ ਚਰਚਾ ਜਿਹੜੀ ਨਿਰੰਤਰ ਚੱਲਦੀ ਰਹੂਗੀ, ਪਰ ਖਹਿਰੇ ਨੇ ਟਿੱਕਾ ਬਿਆਨ ਦਿੱਤਾ। ਹਾਲਾਂਕਿ ਖਹਿਰੇ ਬਾਰੇ ਵੀ ਉਹਨਾਂ ਨੇ ਚੰਗੇ ਤੰਜ ਕੱਸੇ, ਅੱਜ ਕਹਿੰਦੇ ਕਿ ਲਾਲਚੀ ਸੀਗੇ ਜਿਹੜੇ ਉਹ ਪਾਰਟੀ ਤੋਂ ਚਲੇ ਗਏ ਆ, ਚੰਗਾ ਹੋਵੇ ਜਿਹੜੇ ਇੱਦਾਂ ਦੇ ਲਾਲਚੀ ਆ ਉਹ ਚਲੇ ਜਾਣ। ਭਗਵੰਤ ਮਾਨ ਹੋਰਾਂ ਨੇ ਵੀ ਇੱਥੇ ਚੰਗੇ ਤੰਜ ਕੱਸੇ ਆ, ਪਰ ਦੂਸਰੇ ਪਾਸੇ ਸੁਖਪਾਲ ਖਹਿਰਾ ਕਹਿੰਦੇ ਆ ਕਿ ਇਹਨੂੰ ਆਖਦੇ ਆ ਕਿ ਥੁੱਕ ਕੇ ਚੱਟਣਾ। ਤਾਂ ਉਹਨਾਂ ਨੇ ਭਗਵੰਤ ਮਾਨ ਦੇ ਪ੍ਰਧਾਨ ਦੁਬਾਰਾ ਬਣਨ ਤੇ ਇਹ ਗੱਲ ਕਹੀ ਆ ਕਿ ਇਹਨੇ ਥੁੱਕ ਕੇ ਚੱਟਿਆ, ਕਿਉਂਕਿ ਇਹੀ ਪ੍ਰਧਾਨਗੀ ਸੀ ਜਿਹਨੂੰ ਇਹਨੇ ਲੱਤ ਮਾਰੀ ਸੀ, ਜਿਹਨੂੰ ਕੇਜਰੀਵਾਲ ਨੇ ਨਸ਼ੇ ਦਾ ਤਸਕਰ ਕਿਹਾ ਸੀਗਾ, ਜਿਸ ਤਰੀਕੇ ਨਾਲ ਉਹਦੇ ਤੋਂ ਮਾਫ਼ੀ ਮੰਗੀ, ਇਹ ਸਾਰਾ ਕੁਛ ਹੈ ਜਿਹੜਾ ਗਲਤ ਸੀਗਾ। ਤੇ ਲੋਕਾਂ ਨੂੰ ਮੂਰਖ ਬਣਾ ਕੇ ਭਗਵੰਤ ਮਾਨ ਹੈ ਜਿਹੜਾ ਉਹ ਇੱਕ ਵਾਰ ਫਿਰ ਪ੍ਰਧਾਨ ਬਣ ਗਿਆ। ਤੋ ਜਾਬਾਂ ਦੇ ਭੇਡ ਚੱਲਦੇ ਰਹੇ, ਪਰ ਇਹਨਾਂ ਭੇੜਾਂ ਦੇ ਦਰਮਿਆਨ ਭਗਵੰਤ ਮਾਨ ਹੈ ਜਿਹੜਾ ਉਹ ਪ੍ਰਧਾਨ ਬਣ ਗਿਆ। ਪ੍ਰਧਾਨ ਬਣ ਕੇ ਹੁਣ ਉਹ ਅੱਗੇ ਆਪਣੀ ਪਾਰਟੀ ਦੀ ਨਈਆ ਜਿਹੜੀ ਕਿਸ਼ਤੀ ਹੈ ਜਿਹੜੀ ਉਹਨੂੰ ਕਿਨਾਰੇ ਤੱਕ ਲੈ ਜਾਂਦਾ ਜਾਂ ਵਿੱਚ ਮਝਧਾਰ ਤੇ ਡੁਬਾਉਂਦਾ ਤੇ ਸਮਾਂ ਦੱਸੂਗਾ। ਜੀ ਜੀ ਬਿਲਕੁਲ, ਨਾਲੇ ਲਾਲਚੀ ਬੰਦੇ ਆਪ ਤਾਂ ਫੜ ਫੜ ਕੇ ਪਹਿਲਾਂ ਇਹ ਲਿਆਉਂਦੇ ਵੀ ਰਹੇ ਆ, ਸਾਰੇ ਜਾਣੇ ਇੱਧਰੋਂ ਉੱਧਰੋਂ ਸਭ ਇਕੱਠੇ ਜਿਹੜੇ ਆ ਉਹ ਹੁੰਦੇ ਰਹੇ ਆ। ਅਤੇ ਮਿੰਟੂ ਜੀ ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਮੌੜ ਜਿਹੜਾ ਬੰਬ ਧਮਾਕਾ ਕਾਂਡ ਹੋਇਆ ਸੀ, 2 ਸਾਲਾਂ ਵਿੱਚ ਕਹਿੰਦੇ ਪੁਲਿਸ ਹੱਥ ਲੱਗੀਆਂ ਜਿਹੜੀਆਂ ਆ ਮੁਲਜ਼ਮਾਂ ਦੀਆਂ ਤਸਵੀਰਾਂ, ਬਸ ਉਹਨਾਂ ਤਸਵੀਰਾਂ ਨੂੰ ਰੱਖ ਲੈਣ ਕਿ ਧੂਪ ਬੱਤੀ ਕਰਦੇ ਰਹਿਣ, ਸਹੀ ਗੱਲ ਆ, ਕਿਸੇ ਤੋਂ ਮੰਤਰ ਪੜ੍ਹਾ ਲੈਣ, ਕੋਈ ਬਥੇਰੇ ਸਾਧ ਇੱਥੇ ਤੁਰੇ ਫਿਰਦੇ, ਹੋ ਸਕਦਾ ਕਿ ਉਹ ਜਿੱਦਾਂ ਧੂਪ ਬੱਤੀ ਕਰਨਗੇ ਕੋਈ ਇਸ ਤਰ੍ਹਾਂ ਦਾ ਹੋਰ ਟੂਣਾ ਟੱਪਾ ਕਰਨਗੇ, ਉਹਦੀ ਸ਼ਕਤੀ ਦੇ ਨਾਲ ਖਿੱਚੇ ਤੁਰੇ ਆਉਣ, ਕਿਉਂਕਿ ਇੱਥੇ ਕਹਿ ਨਹੀਂ ਜਾਂਦੇ ਕਿ ਵਸ਼ੀਕਰਨ, ਉਹ ਬੜੇ ਬੜੇ ਇਸ਼ਤਿਹਾਰ ਅਖਬਾਰਾਂ 'ਚ ਵੀ ਦੇ ਦਿੰਦੇ ਆ ਵਸ਼ੀਕਰਨ ਅਸੀਂ ਕਰਦੇ ਹਾਂ, ਉਹ ਵਸ਼ੀਕਰਨ ਵਾਲਿਆਂ ਨੂੰ ਸੱਦ ਲੈਣ ਤਾਂ ਬਿਹਤਰ ਹੋਏਗਾ, ਕਿਉਂਕਿ ਪੁਲਿਸ ਤੇ ਉਹਨਾਂ ਨੂੰ ਫੜ ਨਹੀਂ ਸਕਦੀ। ਆਦਿੱਤਿਆ ਇਨਸਾਨ ਕਦੋਂ ਦਾ ਭੱਜਿਆ ਵਾ, ਅੱਜ ਤੱਕ ਨੀ ਗ੍ਰਿਫਤਾਰ ਹੋਇਆ, ਉਹ ਪਿੱਛੇ ਬਾਅਦ ਦੇ ਵਿੱਚ ਇੱਕ ਵਿਪਾਸਨਾ ਬੀਬੀ ਆਈ ਸੀਗੀ ਸਾਹਮਣੇ, ਉਹ ਪੁਲਿਸ ਦੇ ਥਾਣੇ ਚੋਂ ਹੋ ਕੇ ਚਲੇ ਗਈ, ਤੇ ਇਹ ਫੜ ਨਹੀਂ ਸਕੇ। ਬਾਅਦ ਦੇ ਵਿੱਚ ਕਹਿੰਦੇ ਕੋਈ ਭਗੌੜੀ ਉਹ ਕਿੱਥੇ ਚਲੇ ਗਈ, ਅੱਜ ਤੱਕ ਕੋਈ ਪਤਾ ਨੀ ਲੱਗਿਆ। ਤਾਂ ਓਦਾਂ ਹੀ ਹੁਣ ਮੌੜ ਬੰਬ ਧਮਾਕਿਆਂ ਦਾ ਮਾਮਲਾ, ਇਹਦੇ ਵਿੱਚ ਜਿਹੜੇ 3 ਮੁੱਖ ਮੁਲਜ਼ਮ ਸੀਗੇ ਗੁਰਤੇਜ ਕਾਲਾ, ਅਵਤਾਰ ਸਿੰਘ, ਅਮਰੀਕ ਸਿੰਘ, ਹੁਣ ਇਹਨਾਂ ਦੀਆਂ ਤਸਵੀਰਾਂ ਲੱਭ ਕੇ ਇਸ਼ਤਿਹਾਰ ਜਾਰੀ ਕੀਤੇ ਗਏ ਆ। ਅਸਲ ਦੇ ਵਿੱਚ ਇਹ ਤਿੰਨੇ ਨਿਪੁੰਸਕ ਆ, ਤੁਹਾਨੂੰ ਪਤਾ ਹੀ ਆ ਕਿ ਡੇਰੇ ਦੇ ਵਿੱਚ ਇੱਕ ਨਵਾਂ ਇਹਨਾਂ ਨੇ ਕੌਤਕ ਰਚਾਇਆ ਸੀਗਾ, ਨਿਪੁੰਸਕ ਕਰਕੇ ਸਿੱਧਾ ਕਹਿ ਦਿੰਦੇ ਕਿ ਤੁਹਾਡੀ ਰੱਬ ਦੇ ਨਾਲ ਤਾਰ ਜੋੜ ਦਿੰਦੇ ਆ, ਕਿੰਨਿਆਂ ਦੀ ਜੁੜੀ ਆ ਕਿੰਨਿਆਂ ਦੀ ਨਹੀਂ ਜੁੜੀ ਇਹਦੇ ਇਹੀ ਲੋਕ ਦੱਸ ਸਕਦੇ ਆ। ਇਹ ਤਿੰਨੇ ਨਿਪੁੰਸਕ ਦੱਸਦੇ ਆ ਤੇ ਤਿੰਨੇ ਜਿਹੜੇ ਆ ਉਹ ਡੇਰੇਦਾਰ ਦੇ ਬਹੁਤ ਖਾਸ ਆ, ਤੇ ਗੁਰਤੇਜ ਕਾਲਾ ਤੇ ਇਹ ਦੋਸ਼ ਲੱਗਦਾ ਕਿ ਜਿਹੜੀ ਕਾਰ ਦੇ ਵਿੱਚ ਬੰਬ ਧਮਾਕਾ ਕੀਤਾ ਗਿਆ ਮੌੜ ਦੇ ਵਿੱਚ, ਅਸਲ ਚ ਉਹ ਕਾਰ ਜਿਹੜੀ ਸੀਗੀ ਕਾਲਾ ਡੇਰੇ ਦੀ ਵਰਕਸ਼ਾਪ ਚ ਅਸੈਂਬਲ ਕਰਵਾਉਣ ਵਾਸਤੇ ਲਿਆ ਸੀ। ਤੇ ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਤਾਰ ਕਿੱਥੇ ਜੋੜਦੀ ਆ, ਉਹ 3 ਬੰਦੇ ਕਿੱਥੇ ਚਲੇ ਗਏ, ਇਹ ਸਭ ਤੋਂ ਵੱਡਾ ਸਵਾਲ ਆ। ਇਹਨਾਂ ਨੇ ਹੁਣ ਤਸਵੀਰਾਂ ਤੇ ਲੱਭੀਆਂ, ਕਹਿੰਦੇ ਬੜੀ ਮੁਸ਼ਕਲ ਦੇ ਨਾਲ ਜੀ ਇਹਨਾਂ ਦੀਆਂ ਫੋਟੋਆਂ ਲੱਭੀਆਂ, ਇਸ਼ਤਿਹਾਰ ਅਸੀਂ ਜਾਰੀ ਕਰ ਦਿੱਤੇ ਆ। ਅਸਲ ਦੇ ਵਿੱਚ ਕਹਾਣੀ ਕੀ ਆ ਕਿ ਸਰਕਾਰ ਵੀ ਇਸ ਮਾਮਲੇ ਚ ਬੇਈਮਾਨ ਹੈ, ਕਿਉਂਕਿ ਇਹਨਾਂ ਦਾ ਇੱਕ ਕਾਂਗਰਸੀ ਆਗੂ ਆ ਜਿਹੜਾ ਉਹ ਘਿਰਦਾ। ਦੂਸਰੇ ਪਾਸੇ ਪੁਲਿਸ ਜਿਹੜੀ ਆ ਉਹਦੀਆਂ ਵੀ ਮੁਸ਼ਕਲਾਂ ਏਦਾਂ ਲੱਗਦਾ ਕਿ ਜਿੱਦਾਂ ਸਰਕਾਰੀ ਰਸੀ ਦੇ ਨਾਲ ਬੰਨੀਆਂ ਹੋਈਆਂ। ਤੀਜੀ ਚੀਜ਼ ਇਹ ਆ ਕਿ ਇਹ ਜਿਹੜੀ ਸਾਰੀ ਕੁਵਤ ਕੀਤੀ ਜਾ ਰਹੀ ਆ, ਮਾੜਾ ਮੋਟਾ ਜਿਹੜਾ ਦਿਖਾਇਆ ਜਾ ਰਿਹਾ ਕਿ ਜਾਂਚ ਪੜਤਾਲ ਹੋਣ ਡਈ ਆ, ਅਸਲ ਦੇ ਵਿੱਚ ਇਹ ਪੁਲਿਸ ਦੀ ਮਜਬੂਰੀ ਆ
ਕਿਉਂਕਿ ਇੱਕ ਪਟੀਸ਼ਨ ਹਾਈ ਕੋਰਟ ਦੇ ਵਿੱਚ ਪਾ ਦਿੱਤੀ ਗਈ ਸੀਗੀ ਕਿ ਪੁਲਿਸ ਨੂੰ ਪੁੱਛੋ ਕਿ ਇਹ ਕਰਦੇ ਕੀ ਪਏ ਆ। ਤਾਂ ਜਦੋਂ ਪੁਲਿਸ ਨੇ ਜਾ ਕੇ ਸਟੇਟਸ ਰਿਪੋਰਟ ਦਾਖਲ ਕੀਤੀ ਸੀਗੀ ਤਾਂ ਹਾਈ ਕੋਰਟ ਨੇ ਬੜੀ ਤਲਖ ਝਾੜ ਪਾਈ ਸੀ, ਬੜੀ ਇਹਨਾਂ ਨੂੰ ਕੁਝ ਫਟਕਾਰ ਪਾਈ ਸੀ ਕਿ ਤੁਸੀਂ ਕਰਦੇ ਕੀ ਹੋ। ਰਣਵੀਰ ਖਟੜਾ ਉਦੋਂ ਪੇਸ਼ ਹੋਇਆ ਸੀਗਾ। ਸੋ 26 ਫਰਵਰੀ ਨੂੰ ਦੁਬਾਰਾ ਫਿਰ ਇਹਨਾਂ ਦੀ ਪੇਸ਼ੀ ਆ, ਉਸ ਝਿੜਕ ਤੋਂ ਉਸ ਫਟਕਾਰ ਤੋਂ ਜਿਹੜੀ ਪਹਿਲਾਂ ਪਈ ਆ ਉਹਦੇ ਤੋਂ ਬਚਣ ਵਾਸਤੇ ਇਹ ਸਭ ਕੁਛ ਕਰਦੇ ਪਏ ਆ। ਹੁਣ ਜਾ ਕੇ ਆਖ ਦੇਣਗੇ ਵੀ ਅਸੀਂ ਇਸ਼ਤਿਹਾਰ ਛਪਾ ਦਿੱਤੇ ਆ, ਅਸੀਂ ਉਹਨਾਂ ਦੀ ਪ੍ਰੋਪਰਟੀ ਲੱਭ ਲਵਾਂਗੇ, ਬਹੁਤ ਜਲਦੀ ਅਸੀਂ ਜੀ ਦੋਸ਼ੀਆਂ ਤੱਕ ਪਹੁੰਚ ਜਾਵਾਂਗੇ। ਯਾਨੀ ਬਚਣ ਦਾ ਇੱਕ ਰਸਤਾ, ਪਰ ਜਿਹੜੇ 7 ਬੰਦੇ ਜਾਂ 7 ਜਾਨਾਂ ਉਸ ਬੰਬ ਧਮਾਕੇ ਚ ਨਿਰਦੋਸ਼ ਚਲੀਆਂ ਗਈਆਂ ਉਹਨਾਂ ਨੂੰ ਇਨਸਾਫ ਮਿਲਣਾ ਦੂਰ ਦੀ ਗੱਲ ਹੈ। ਜੀ 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 ਬਿਲਕੁਲ। ਮਿੰਟੂ ਜੀ, ਅਗਲੀ ਖਬਰ ਦੇ ਉੱਤੇ ਜਿਹੜੀ ਉਹ ਨਜ਼ਰ ਮਾਰਦੇ ਆ, ਕੈਪਟਨ ਦੇ ਕਹਿੰਦੇ ਹੰਕਾਰੀ ਮੰਤਰੀ ਨੇ ਸ਼ਰਿਆਂ ਮਹਿਲਾ ਅਫਸਰ ਨਾਲ ਕੀਤੀ ਬਦਤਮੀਜ਼ੀ। ਸਕੂਲ ਦੇ ਵਿੱਚ ਸਮਾਗਮ ਸੀਗਾ ਲੁਧਿਆਣੇ ਦੇ ਵਿੱਚ, ਤਾਂ ਉੱਥੋਂ ਇੱਕ ਵੀਡੀਓ ਨਿਕਲ ਕੇ ਆਇਆ ਜਿਹਦੇ ਵਿੱਚ ਇਹਨਾਂ ਦਾ ਇੱਕ ਮੰਤਰੀ ਹੈ ਜਿਹੜਾ ਭਾਰਤ ਭੂਸ਼ਣ ਆਸ਼ੂ, ਉਹ ਇੱਕ DO ਜਿਹਨੂੰ ਆਪਾਂ ਡਿਸਟ੍ਰਿਕਟ ਐਜੂਕੇਸ਼ਨ ਆਫਿਸਰ ਕਹਿੰਦੇ ਹਾਂ, ਉਸ ਬੀਬੀ ਨੂੰ ਤਲਖੀ ਚ ਕਹਿੰਦਾ ਕਿ ਤੁਸੀਂ ਇੱਥੇ ਚਲੇ ਜਾਓ ਕਿਉਂਕਿ ਤੁਸੀਂ ਲੇਟ ਆਏ ਹੋ। ਸੋ ਉਹ ਵੀਡੀਓ ਹੈ ਜਿਹੜਾ ਤਲਖੀ ਵਾਲਾ, ਉਹ ਵਾਇਰਲ ਹੋਇਆ, ਬਹੁਤ ਸਾਰੇ ਲੋਕ ਹੈ ਜਿਹੜੇ ਉਹ ਆਸ਼ੂ ਨੂੰ ਨਿੰਦ ਰਹੇ ਆ। ਪਰ ਮੇਰੇ ਖਿਆਲ ਦੇ ਨਾਲ ਇਹ ਚੀਜ਼ ਤੇ ਜਿਹੜੀ ਆ ਲੇਟ ਲਤੀਫੀ ਵਾਲੀ ਉਹ ਤੇ ਗਲਤ ਆ, ਕਿਉਂਕਿ ਜੇ ਅਸੀਂ ਕਹਿੰਦੇ ਹਾਂ ਕਿ ਸਰਕਾਰ ਸਖ਼ਤੀ ਨਹੀਂ ਕਰਦੀ ਤਾਂ ਵੀ ਸਰਕਾਰ ਮਾੜੀ, ਕਿਉਂਕਿ ਲੇਟ ਲਤੀਫੀ ਤੋਂ ਅਸੀਂ ਵੀ ਥੋੜੇ ਜਿਹੇ ਤੰਗ ਹੁੰਦੇ ਹਾਂ। ਜੇ ਸਾਡੇ ਸਕੂਲਾਂ ਦੇ ਵਿੱਚ ਵੇਲੇ ਸਿਰ ਮਾਸਟਰ ਨਹੀਂ ਆਉਂਦੇ ਤਾਂ ਅਸੀਂ ਤੰਗ ਆ, ਜੇ ਬਾਬੂ ਨਹੀਂ ਅਫਸਰਾਂ ਚ ਆਉਂਦੇ ਜਿਹੜੇ ਬਾਬੂ ਨਹੀਂ ਦਫ਼ਤਰਾਂ ਚ ਆਉਂਦੇ ਤਾਂ ਅਸੀਂ ਤੰਗ ਆ। ਪਰ ਜੇ ਸਰਕਾਰ ਦਾ ਕੁਛ ਮੰਤਰੀ ਕੋਈ ਨੁਮਾਇੰਦਾ ਇਸ ਤਰ੍ਹਾਂ ਕਹਿ ਦਿੰਦਾ ਤੇ ਉਹ ਖ਼ਬਰ ਬਣ ਜਾਂਦੀ ਹੈ। ਲੇਟ ਲਤੀਫੀ ਆ ਜਿਹੜੀ ਉਹ ਇੱਕ ਮੰਤਰੀ ਦੀ ਵੀ ਮਾੜੀ ਆ, ਇੱਕ ਅਫਸਰ ਦੀ ਵੀ ਮਾੜੀ, ਪਹਿਲੀ ਗੱਲ ਤੇ ਆ। ਪਰ ਦੂਸਰਾ ਹੁੰਦਾ ਤਰੀਕਾ ਗੱਲ ਕਰਨ ਦਾ, ਤੌਰ ਤਰੀਕਾ ਜਿਹੜਾ, ਉਹ ਜਿਹੜਾ ਤਲਖੀ ਵਾਲਾ ਸੀਗਾ ਉਹ ਕੁਛ ਜਮਿਆ ਨੀ, ਕੁਛ ਜਟਿਆ ਨੀ। ਜੇ ਕੋਈ ਗੱਲ ਕਰਨੀ ਹੈ ਤਾਂ ਤੁਸੀਂ ਕਿਸੇ ਅਫਸਰ ਨਾਲ ਕਰ ਰਹੇ ਹੋ ਜਾਂ ਕਿਸੇ ਬੀਬੀ ਨਾਲ ਗੱਲ ਕਰ ਰਹੇ ਹੋ ਜਾਂ ਜਨ ਸੰਧਾਰਨ ਨਾਲ ਕਰ ਰਹੇ ਹੋ ਤਾਂ ਤੁਹਾਡੀ ਲਿਆਕਤ ਜਿਹੜੀ ਹੈ ਨਾ ਉਹ ਬਰਕਰਾਰ ਰਹਿਣੀ ਚਾਹੀਦੀ ਹੈ। ਤਰੀਕਾ ਜਿਹੜਾ ਉਹ ਵਾਕਈ ਕੁਛ ਆਸ਼ੂ ਦਾ ਵੱਖਰਾ ਸੀਗਾ, ਜਿਹਦੇ ਤੇ ਕਾਫੀ ਲੋਕਾਂ ਨੇ ਗੁੱਸਾ ਪ੍ਰਗਟਾਇਆ। ਪਰ ਦੂਜੇ ਪਾਸੇ ਇਸ ਬੀਬੀ ਨੇ ਜਦੋਂ ਹੱਥ ਜੋੜੇ ਬਾਹਰ ਜਦੋਂ ਜਾਣ ਲੱਗਿਆ ਉਦੋਂ ਬਾਅਦ ਆਸ਼ੂ ਕਹਿ ਗਿਆ ਠੀਕ ਹੈ, ਯਾਨੀ ਮਾਮਲਾ ਜਿਹੜਾ ਸੌਟ ਆਊਟ ਹੋ ਗਿਆ। ਪਰ ਵਿੱਚੋਂ ਜਿਹੜੀ ਕੁੰਡੀ ਨਿਕਲਦੀ ਪਈ ਆ, ਅਸਲ ਦੇ ਵਿੱਚ ਕਹਾਣੀ ਇਹ ਨਿਕਲਦੀ ਪਈ ਆ ਕਿ ਇਹਨਾਂ ਦਾ ਇੱਕ ਵਿਧਾਇਕ ਆ ਜਿਹੜਾ ਗਿੱਲ ਤੋਂ ਚੁਣਿਆ ਗਿਆ ਸੀ ਹਲਕਾ ਕਹਿੰਦਿਆ, ਉਹਦਾ ਨਾਮ ਹੈ ਕੁਲਦੀਪ ਸਿੰਘ ਵੈਦ, ਜਿਹੜਾ ਕਿ ADC ਵੀ ਰਿਹਾ, ਅਸਤੀਫਾ ਦੇ ਕੇ ਸਿਆਸਤ ਦੇ ਵਿੱਚ ਆ ਗਿਆ, ਮੁੜ ਕੇ ਵਿਧਾਇਕ ਬਣ ਗਿਆ। ਅਸਲ ਦੇ ਵਿੱਚ ਦੱਸ ਰਿਹਾ ਕਿ ਉਹਦੀ ਵਾਈਫ ਇਸ ਸਕੂਲ ਦੀ ਪ੍ਰਿੰਸੀਪਲ ਵਾ। ਹੋਇਆ ਕੀ ਕਿ ਸਕੂਲ ਦੀ ਪ੍ਰਿੰਸੀਪਲ ਨੇ ਜਿਹੜੀ ਉਹ ਬੀਬੀ ਅਫਸਰ ਆਈ ਲੇਟ ਆਈ, ਉਹਦੀ ਖੁਸ਼ਨੁਦੀ ਹਾਸਲ ਕਰਨ ਵਾਸਤੇ ਜਾਂ ਕਹਿ ਲਈਏ ਕਿ ਮੁੱਖ ਮੰਤਰੀ ਨੂੰ ਪ੍ਰੋਟੋਕਾਲ ਚ ਨੀਵਾਂ ਦਿਖਾਉਣ ਵਾਸਤੇ ਉਹ ਜਿਹੜਾ ਫੰਕਸ਼ਨ ਚੱਲ ਰਿਹਾ ਸੀਗਾ ਜਿਹਦੇ ਵਿੱਚ ਵੱਖ ਵੱਖ ਵੰਨਗੀਆਂ ਜਿਹੜੀਆਂ ਪੇਸ਼ ਹੋ ਗਈਆਂ ਸੀ ਉਹਨਾਂ ਨੂੰ ਰਿਪੀਟ ਕਰਵਾ ਦਿੱਤਾ। ਜਦੋਂ ਇਹ ਚੀਜ਼ ਆਸ਼ੂ ਨੇ ਨੋਟ ਕੀਤੀ ਤੇ ਪਤਾ ਲੱਗਿਆ ਕਿ ਇਹ ਸਾਰਾ ਕੁਛ DO ਵਾਸਤੇ ਕੀਤਾ ਜਾ ਰਿਹਾ, ਅਸਲ ਦੇ ਵਿੱਚ ਉਦੋਂ ਗੁੱਸਾ ਆਇਆ ਕਿਉਂਕਿ ਵਿਧਾਇਕਾਂ ਦੀ ਆਪਸ ਦੇ ਵਿੱਚ ਖਿੱਚੋਤਾਣ ਹੁੰਦੀ ਹੈ ਔਰ ਖਾਸ ਤੌਰ ਤੇ ਕਾਂਗਰਸੀਆਂ ਦੀ। ਸੋ ਅੰਦਰਲੀ ਕਹਾਣੀ ਜਿਹੜੀ ਆ ਉਹ ਇਹ ਨਿਕਲੀ ਆ, ਪਰ ਫਿਰ ਵੀ ਜੋ ਤਰੀਕਾ ਸੀ ਮੰਤਰੀ ਦਾ, ਤਰੀਕਾ ਸੀਗਾ ਮੰਤਰੀ ਦਾ, ਉਹਦੇ ਤੇ ਚਰਚਾ ਜਿਹੜੀ ਆ ਜੰਮ ਕੇ ਹੋਈ ਆ, ਉਹਦੇ ਤੇ ਲੋਕਾਂ ਨੇ ਗੁੱਸਾ ਜਿਹੜਾ ਰੱਜ ਕੇ ਕੱਢਿਆ। ਜੀ ਜੀ ਜੀ। ਅਗਲੀ ਗੱਲ ਕਰਦੇ ਹਾਂ, ਕਹਿੰਦੇ ਨਸ਼ਾ ਤਸਕਰੀ ਕੇਸ ਦੇ ਵਿੱਚ ਸਾਬਕਾ ਮੰਤਰੀ ਨੂੰ ਵੱਡੀ ਰਾਹਤ ਆ। ਉਸੇ ਮਾਮਲਾ ਜਿਹੜਾ ਉਹ ਸਰਵਣ ਸਿੰਘ ਫਲੌਰ ਹੋਰਾਂ ਦੇ ਨਾਲ ਜੁੜਿਆ ਜਿਹੜੇ ਕਿ ਸੁਪਰੀਮ ਕੋਰਟ ਚ ਚਲੇ ਗਏ ਸੀਗੇ, ਉੱਥੋਂ ਉਹਨਾਂ ਨੂੰ ਇੱਕ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਦੇ ਡਬਲ ਬੈਂਚ ਨੇ ਮੋਹਾਲੀ ਦੀ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਿਹੜੀ ਵਿਸ਼ੇਸ਼ ਅਦਾਲਤ ਵਿੱਚ ਸੁਣਵਾਈ ਚੱਲਦੀ ਪਈ ਆ ਉਹਦੇ ਤੇ ਰੋਕ ਲਾ ਦਿੱਤੀ ਆ। ਇਹ ਇਹਨਾਂ ਵਾਸਤੇ ਇੱਕ ਵੱਡੀ ਰਾਹਤ ਆ, ਮੈਂ ਕਹੂੰਗਾ ਕਿ ਬਹੁਤ ਵੱਡੀ ਰਾਹਤ ਆ। ਇਹ ਵੈਸੇ ਅਕਾਲੀ ਦਲ ਛੱਡ ਕੇ ਦੂਜੇ ਖੇਮੇ ਚ ਚਲੇ ਗਏ ਸੀਗੇ ਤਾਂ ਉੱਥੇ ਵੀ ਇਹ ਜਿਹੜਾ ਗ੍ਰਹਿਣ ਸੀਗਾ ਇਹਨਾਂ ਦੀ ਤਰੱਕੀ ਦੇ ਰਾਹ ਦੇ ਵਿੱਚ ਰੋੜਾ ਬਣ ਗਿਆ ਸੀ। ਹੁਣ ਦੂਸਰੇ ਪਾਸੇ ਜੇ ਆਪਾਂ ਇਹਨੂੰ ਦੂਸਰੇ ਲਹਿਜੇ ਨਾਲ ਦੇਖੀਏ ਤਾਂ ਪਿਛਲੇ ਦਿਨੀ ਹਾਈਕੋਰਟ ਦੇ ਵਿੱਚ ਇਸ ਮਾਮਲੇ ਦੇ ਮੁਤਲਕ ਸੁਣਵਾਈ ਹੋਈ ਸੀਗੀ ਤਾਂ ਹਾਈਕੋਰਟ ਨੇ ਜਲਦੀ ਤੋਂ ਜਲਦੀ ਇਹ ਮਾਮਲਾ ਨਿਪਟਾਉਣ ਦਾ ਹੁਕਮ ਦਿੱਤਾ ਸੀਗਾ। ED ਨੂੰ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਬਹੁਤ ਹੋ ਗਿਆ, ਹੁਣ ਤੁਸੀਂ ਕਿਸੇ ਦੀ ਜ਼ਮਾਨਤ ਦੀ ਵਿਰੋਧਤਾ ਨਹੀਂ ਕਰ ਸਕਦੇ ਕਿਉਂਕਿ ਇੰਨੇ ਸਾਲ ਹੋ ਗਏ ਆ, ਤੁਸੀਂ ਹਾਲੇ ਵੀ ਕਹਿ ਦਿੰਦੇ ਹੋ ਕਿ ਜਾਂਚ ਕਰ ਰਹੇ ਹੋ, ਪੜਤਾਲ ਕਰ ਰਹੇ ਹੋ, ਤੁਸੀਂ ਹੁਣ ਕੁਛ ਨਹੀਂ ਕਰਨਾ, ਹੁਣ ਤੁਸੀਂ ਕਿਸੇ ਵੀ ਦੋਸ਼ੀ ਦੀ ਜ਼ਮਾਨਤ ਦੀ ਵਿਰੋਧਤਾ ਨਹੀਂ ਕਰਨਾ।
ਸੋ ਇਹ ਬਕਾਇਦਾ ਇੱਕ ਹੁਕਮ ਦਿੱਤਾ ਗਿਆ ਸੀਗਾ ਹਾਈ ਕੋਰਟ ਵੱਲੋਂ, ਇਹ ਡਾਇਰੈਕਸ਼ਨ ਦਿੱਤੀ ਗਈ ਸੀ ਕਿ ਮਾਮਲਾ ਜਿਹੜਾ ਉਹ ਜਲਦੀ ਤੋਂ ਜਲਦੀ ਨਿਪਟਾਇਆ ਜਾਵੇ। ਪਰ ਹੁਣ ਦੂਸਰੇ ਪਾਸੇ ਇਸ ਮਾਮਲੇ ਤੇ ਰੋਕ ਲੱਗ ਗਈ ਆ, ਇਹ ਕੰਮ ਜਿਹੜਾ ਇਧਰਲੇ ਪਾਸੋਂ ਫਿਰ ਖੜੇ ਚ ਹੋ ਗਿਆ। ਪਰ ਹਰਮਨ ਸਿੰਘ ਫਲੌਰ ਹੋਰਾਂ ਵਾਸਤੇ ਇੱਕ ਵੱਡੀ ਰਾਹਤ ਵਾਲਾ ਫੈਸਲਾ ਆਇਆ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਇੱਕ ਅਕਾਲੀ ਆਗੂ ਨੇ ਬਜ਼ੁਰਗ ਡਰਾਈਵਰ ਨੂੰ ਕੁੱਟ ਕੱਟਿਆ। ਇਸੇ ਗੱਲੋਂ ਅਕਾਲੀ ਦਲ ਦੇ ਕੁਛ ਲੋਕਾਂ ਨੇ ਹੀ ਅਕਾਲੀ ਦਲ ਦਾ ਜਿਹੜਾ ਨਾ ਬਹੁਤ ਹੱਦ ਤੱਕ ਨੁਕਸਾਨ ਕੀਤਾ। ਅੱਜ ਵੀ ਜੇ ਆਪਾਂ ਵੇਖੀਏ ਤਾਂ 2012 ਤੋਂ ਬਾਅਦ ਜਦੋਂ ਕਦੀ ਸਰਕਾਰ ਰਿਪੀਟ ਹੋਈ ਉਤੋਂ ਲੈ ਕੇ ਹੁਣ ਤੱਕ ਵੀ ਅਕਾਲੀ ਆਗੂਆਂ ਨੇ, ਅਕਾਲੀ ਕਾਰਕੁਨਾਂ ਨੇ ਅਕਾਲੀ ਪਾਰਟੀ ਦਾ ਇੰਨਾ ਨੁਕਸਾਨ ਕੀਤਾ ਜਿੰਨਾ ਵਿਰੋਧੀ ਨਹੀਂ ਕਰ ਸਕਦੇ। ਸੋ ਇਹਨਾਂ ਨੇ ਆਪ ਹੀ ਮੀਡੀਆ ਚ ਵੱਟੇ ਪਾਏ, ਨਾ ਕਹਿ ਸਕਦੇ ਇਹੋ ਗੱਲਾਂ ਮਾੜੀਆਂ, ਇਹੋ ਗੱਲਾਂ ਮਾੜੀਆਂ। ਖੈਰ ਇਹ ਮਾਮਲਾ ਜਿਹੜਾ ਉਹ ਖਰੜ ਦਾ ਹੀ ਆ। ਖਰੜ ਦੇ ਵਿੱਚ ਅੱਜ ਇੱਕ ਇਹਨਾਂ ਦੇ ਅਕਾਲੀ ਆਗੂ ਨੂੰ ਇੰਨਾ ਗੁੱਸਾ ਆਇਆ, ਉਹਨੇ 50-55 ਵਰਿਆਂ ਦੇ ਇੱਕ ਬਜ਼ੁਰਗ ਡਰਾਈਵਰ ਨੂੰ ਜਿਹੜਾ ਕੁੱਟ ਕੱਟਿਆ। ਮਾਮਲਾ ਜਿਹੜਾ ਸੀਗਾ ਉਹ ਥੋੜਾ ਜਿਹਾ ਕਹਿ ਲਈਏ ਕਿ ਫੇਟ ਵੱਜਣ ਦਾ ਸੀਗਾ। ਇਹਨਾਂ ਦੀ ਕਾਰ ਜਾ ਰਹੀ ਸੀ, ਅਕਾਲੀ ਆਗੂ ਦੀ ਕਿਰਨਵੀਰ ਸਿੰਘ ਕੰਗ ਜੀ ਜਾ ਰਹੇ ਸੀਗੇ, ਤਾਂ ਮਾੜੀ ਮੋਟੀ ਉਹ ਕਿਤੇ ਬੱਸ ਲੱਗ ਗਈ ਜਿਹੜੀ ਕਾਲਜ ਦੇ ਵਿੱਚ ਜਾਂਦੀ ਸੀ, ਸ਼ਾਇਦ ਯੂਨੀਵਰਸਿਟੀ ਦੇ ਵਿੱਚ ਜਾਂਦੀ ਸੀਗੀ ਬੱਚਿਆਂ ਨੂੰ ਲੈ ਕੇ। ਤਾਂ ਉਸ ਤੋਂ ਬਾਅਦ ਡਰਾਈਵਰ ਮਿੰਤਰਲਾ ਵੀ ਕਰਦਾ ਨਜ਼ਰ ਆਉਂਦਾ ਵੀਡੀਓ ਦੇ ਵਿੱਚ, ਪਰ ਬਾਵਜੂਦ ਉੱਤੇ ਉਹਦੇ ਨਾਲ ਜੋਰੀ ਕੰਮ ਥੋੜਾ ਕਰ ਦਿੱਤਾ ਜਾਂਦਾ, ਉਹਦੇ ਨਾਲ ਫੁੱਟ ਕਟਾਪਾ ਕਰ ਦਿੱਤਾ ਜਾਂਦਾ। ਬਾਅਦ ਦੇ ਵਿੱਚ ਡਰਾਈਵਰ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਆ। ਪੁਲਿਸ ਹੁਣ ਕਹਿੰਦੀ ਆ ਕਿ ਅਸੀਂ ਕਾਨੂੰਨ ਦੇ ਮੁਤਾਬਿਕ ਕਾਰਵਾਈ ਕਰਾਂਗੇ। ਹਾਲਾਂਕਿ ਕਿਰਨਵੀਰ ਸਿੰਘ ਕੰਗ ਨੇ ਪਹਿਲਾਂ ਤੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ, ਪਰ ਬਾਅਦ ਦੇ ਵਿੱਚ ਕਹਿ ਦਿੱਤਾ ਕਿ ਮੇਰੀ ਗੱਡੀ ਨੂੰ ਫੇਟ ਮਾਰ ਦਿੱਤੀ ਜੀ, ਮੇਰੀ ਬਾਂਹ ਤੇ ਥੋੜੀ ਜਿਹੀ ਸੱਟ ਵੀ ਲੱਗੀ ਤੇ ਇਹਦੇ ਨਾਲ ਮੇਰੀ ਗੱਡੀ ਨੂੰ ਵੀ ਨੁਕਸਾਨ ਹੋਇਆ, ਡਰਾਈਵਰ ਭੱਜ ਚੱਲਿਆ ਸੀਗਾ। ਸੋ ਇਹਨਾਂ ਵੱਲੋਂ ਵੀ ਇਹ ਇੱਕ ਦਾਅਵਾ ਕੀਤਾ ਜਾ ਰਿਹਾ ਕਿ ਮੇਰੇ ਬਾਂਹ ਤੇ ਥੋੜੀ ਸੱਟ ਵੱਜੀ, ਪਰ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦਿੰਦਾ ਕਿ ਕਿਸ ਤਰ੍ਹਾਂ ਉਹ ਹਮਲਾਵਰ ਹੋ ਕੇ ਉਹਨੂੰ ਮਾਰ ਪਾਏ ਆ। ਸੋ ਹੱਥ ਚੁੱਕ ਰਹੇ ਆ, ਬਹੁਤੀ 60 ਫੀਟ ਤੇ ਨਹੀਂ ਲੱਗੀ ਉਸ ਡਰਾਈਵਰ ਨੂੰ, ਪਰ ਮੇਰੇ ਖਿਆਲ ਦੇ ਨਾਲ ਇਹੋ ਜਿਹੜੇ ਲੋਕ ਆ, ਜਿਹੜੇ ਬਹੁਤ ਵਾਰ ਲੋਕ ਆ, ਉਹਨਾਂ ਨੂੰ ਆਪਣੇ ਇਹਨਾਂ ਹੱਥ ਚਲਾਵਿਆਂ ਤੋਂ ਥੋੜਾ ਜਿਹਾ ਸੰਕੋਚ ਕਰਨਾ ਚਾਹੀਦਾ। ਮੰਨ ਲਓ ਜੇ ਡਰਾਈਵਰ ਦੀ ਗਲਤੀ ਆ ਤਾਂ ਚੰਡੀਗੜ੍ਹ ਸਾਰਾ ਸ਼ਹਿਰ ਹੈ ਜਿਹੜਾ ਉਹ ਇਸ ਤਰ੍ਹਾਂ ਦਾ ਸ਼ਹਿਰ ਆ ਜਿੱਥੇ ਤੁਸੀਂ ਆਰਾਮ ਨਾਲ ਪੁਲਿਸ ਕੰਪਲੇਂਟ ਕਰਕੇ ਆਪਣਾ ਮਸਲਾ ਹੱਲ ਕਰਵਾ ਸਕਦੇ ਹੋ। ਪੰਜਾਬ ਦੇ ਬਾਕੀ ਸ਼ਹਿਰ ਜਾਂ ਹੋਰ ਸ਼ਹਿਰ ਆ ਜਿਹੜੇ, ਉੱਥੇ ਤਾਂ ਹੋ ਸਕਦਾ ਕਿ ਤੁਹਾਡੀ ਕੋਈ ਸੁਣਵਾਈ ਨਾ ਹੋਵੇ, ਪਰ ਇਹ ਜਿਹੜੇ ਉਹ ਸ਼ਹਿਰ ਆ ਉਹਨਾਂ ਦੇ ਵਿੱਚ ਬਹੁਤ ਜਲਦੀ ਸੁਣਵਾਈ ਜਿਹੜੀ ਹੋ ਜਾਂਦੀ ਹੈ। ਸੋ ਕਿਸੇ ਤੇ ਹੱਥ ਚੁੱਕਣ ਦਾ ਹੱਕ ਕਿਸੇ ਨੇ ਕਿਸੇ ਨੂੰ ਨਹੀਂ ਦਿੱਤਾ। ਜਿਹੜਾ ਇਹ ਹੱਥ ਚੁੱਕਿਆ ਉਸ ਹੱਥ ਚੁੱਕੇ ਦਾ ਹੁਣ ਇਹਨਾਂ ਨੂੰ ਨੁਕਸਾਨ ਵੀ ਉਠਾਉਣਾ ਪੈ ਸਕਦਾ, ਕਿਉਂਕਿ ਸਰਕਾਰ ਇਹਨਾਂ ਦੀ ਨਹੀਂ ਹੈ। ਪਰ ਇਹ ਸ਼ਾਇਦ ਇਸੇ ਭੁਲੇਖੇ ਦੀ ਤੁਰੇ ਫਿਰਦੇ ਆ ਕਿ ਸਾਡੀ ਸਰਕਾਰ ਹਾਲੇ ਵੀ ਹੈ। ਸੋ ਸਰਕਾਰ ਦਾ ਨਸ਼ਾ ਜਿਹੜਾ ਉਹ ਸਿਰ ਤੋਂ ਲੈ ਜਾਣਾ ਚਾਹੀਦਾ। ਘੱਟੋ ਘੱਟ ਇੱਕ ਆਮ ਸ਼ਹਿਰੀ ਦੇ ਨਾਲ ਆਮ ਸ਼ਹਿਰੀ ਵਾਲਾ ਇਹਨਾਂ ਨੂੰ ਵਤੀਰਾ ਰੱਖਣਾ ਚਾਹੀਦਾ। ਇਹ ਕੋਈ ਜਨਤਾ ਦੇ ਮਾਈ ਬਾਪ ਨਹੀਂ ਹੈ, ਇਹ ਕੋਈ ਚਾਰ ਹੱਥਾਂ ਵਾਲੇ ਮਹਾਂਪੁਰਸ਼ ਨਹੀਂ ਪੈਦਾ ਹੋਏ ਧਰਤੀ ਤੇ ਦੂਸਰਿਆਂ ਨੂੰ ਕੀੜੇ ਮਕੌੜੇ ਸਮਝਦੇ ਆ। ਦੂਸਰਿਆਂ ਨੂੰ ਸਨਮਾਨ ਦੇਣ, ਦੂਸਰੇ ਇਹਨਾਂ ਨੂੰ ਸਨਮਾਨ ਦੇਣ, ਇਹੋ ਹੀ ਨੈਤਿਕਤਾ ਦਾ ਤਕਾਜ਼ਾ, ਇਹੋ ਹੀ ਇਨਸਾਨੀਅਤ ਦਾ ਤਕਾਜ਼ਾ। ਜੀ ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਡੇਰੇ ਦੇ ਅਖਬਾਰ ਦੇ ਸੰਪਾਦਕ ਦੀ ਗ੍ਰਿਫਤਾਰੀ ਦਾ ਦਾਅਵਾ। ਦੇਖੋ ਅੱਜ ਅਖਬਾਰਾਂ ਦੇ ਵਿੱਚ ਇਸ ਚੀਜ਼ ਦਾ ਕਾਫੀ ਚਰਚਾ ਰਿਹਾ ਕਿ ਡੇਰੇ ਦੇ ਸੰਪਾਦਕੀ ਬੋਰਡ ਦੇ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ, ਔਰ ਗ੍ਰਿਫਤਾਰ ਵੀ ਪੰਜਾਬ ਦੇ ਵਿੱਚੋਂ ਕੀਤਾ ਗਿਆ। ਪਟਿਆਲੇ ਦੇ ਲਾਗੇ ਪਾਸੋਂ ਇਲਾਕਾ ਜਿਹੜਾ ਉੱਥੋਂ ਹੀ ਗ੍ਰਿਫਤਾਰੀ ਹੋਈ ਆ। ਹਾਲਾਂਕਿ ਅਧਿਕਾਰਤ ਤੌਰ ਤੇ ਇਹਨਾਂ ਚੀਜ਼ਾਂ ਦੀ ਪੁਸ਼ਟੀ ਥੋੜੀ ਜਿਹੀ ਲੇਟ ਹੁੰਦੀ ਆ, ਪਰ ਖ਼ਬਰਾਂ ਛਪੀਆਂ ਨੇ ਕੁਛ ਇੱਕਾ ਦੋਕਾ ਅਖ਼ਬਾਰਾਂ ਦੇ ਵਿੱਚ। ਸੋ ਇਹ ਜਿਹੜੀ ਗ੍ਰਿਫਤਾਰੀ ਹੋਈ ਹੈ, ਦੱਸ ਦੇ ਕਿ ਐਕਸਪਲੋਜ਼ਿਵ ਐਕਟ ਦੇ ਤਹਿਤ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਉਹਦੇ ਵਿੱਚ ਨਾਮਜ਼ਦ ਇੱਕ ਵਿਅਕਤੀ ਦੀ ਹੋਈ ਹੈ, ਜਿਹੜਾ ਕਿ ਅਖ਼ਬਾਰ ਦਾ, ਜੋ ਅਖ਼ਬਾਰ ਡੇਰੇ ਵੱਲੋਂ ਚਲਾਇਆ ਜਾਂਦਾ ਸੀਗਾ, ਤਾਂ ਉਹਦੇ ਅਖ਼ਬਾਰ ਦੇ ਸੰਪਾਦਕੀ ਬੋਰਡ ਦਾ ਇਹ ਹਿੱਸਾ ਸੀਗਾ ਜਿਹਦੀ ਗ੍ਰਿਫਤਾਰੀ ਹੋਈ ਹੈ। ਹਾਲਾਂਕਿ ਪੁਲਿਸ ਜਾਂ ਉੱਥੋਂ ਦੇ ਜਿਹੜੇ ਲੋਕ ਆ ਉਹ ਬਹੁਤਾ ਕੁਛ ਨਹੀਂ ਦੱਸ ਰਹੇ ਇਸ ਬਾਰੇ, ਪਰ ਦੱਸਿਆ ਜਾਂਦਾ ਕਿ ਇਹ ਬੰਦਾ ਜੋ ਪੰਚਕੂਲਾ ਦੇ ਵਿੱਚ ਹਿੰਸਾ ਹੋਈ ਸੀਗੀ ਉਸ ਮਾਮਲੇ ਦੇ ਵਿੱਚ ਲੋੜੀਂਦਾ ਸੀਗਾ। ਪਰ ਦੇਖੋ ਮਸਲਾ ਜਿਹੜਾ ਉਹ ਤਹਿ ਦਾ ਨਹੀਂ ਪੈ ਦਾ ਰਾਜਕਰਨਵੀਰ ਸਿੰਘ ਜੀ, ਅੱਜ ਕੱਲ੍ਹ ਕੀ ਆ ਕਿ ਜਿਹੜੇ ਲੰਡੇ ਲੁੱਚੇ ਸਾਧੂ ਆ ਉਹ ਵੀ ਪੱਤਰਕਾਰਤਾ ਕਰਦੇ ਪਏ ਆ, ਜਿਹੜੇ ਗੰਦੇ ਪਿੱਲੇ ਸਿਆਸਤਦਾਨ ਆ ਉਹ ਵੀ ਪੱਤਰਕਾਰਤਾ ਦੀ ਆੜ ਦੇ ਵਿੱਚ ਆਪਣਾ ਪ੍ਰੋਪੇਗੰਡਾ ਜਿਹੜਾ ਫੈਲਾ ਰਹੇ ਆ। ਯਾਨੀ ਕਹਿਣ ਦਾ ਭਾਵ ਇਹ ਆ ਕਿ ਜਿਹੜੀ ਪੱਤਰਕਾਰਤਾ ਇੰਡੀਆ ਦੇ ਵਿੱਚ ਉਹ ਇਹੋ ਜਿਹੇ ਲੋਕਾਂ ਦੇ ਹੱਥ ਵਿੱਚ ਚਲੇ ਗਈ ਆ ਜਿਹੜੇ ਪੱਤਰਕਾਰਤਾ ਦੀ ਮਿਆਰ ਦੀ ਐਸੀ ਪੈਸੀ ਫੇਰ ਕੇ ਆਪਣਾ ਪ੍ਰੋਪੇਗੰਡਾ ਜਿਹੜਾ ਉਹ ਜਨਤਾ ਚ ਭੇਜ ਰਹੇ ਆ। ਸੋ ਇਹਦੇ ਤੇ ਕੋਈ ਲਗਾਮ ਨਹੀਂ ਲਾ ਸਕਦਾ, ਇਹਦੇ ਤੇ ਕੋਈ ਨਕੇਲ ਨਹੀਂ ਕੱਸੀ ਜਾ ਸਕਦੀ, ਇਹਦੇ ਤੇ ਬਸ ਇਹੋ ਹੀ ਆਖਿਆ ਜਾ ਸਕਦਾ ਕਿ ਪੱਤਰਕਾਰਤਾ ਦੀ ਹੁਣ ਖੈਰ ਨਹੀਂ,
ਕਿਉਂਕਿ ਇਹ ਸਾਧਾ ਦੇ ਬਸ ਵੀ ਪੈ ਗਈ ਆ, ਇਹ ਸਿਆਸਤਦਾਨਾਂ ਦੇ ਵੀ ਬਸ ਪੈ ਗਈ। ਜੀ ਜੀ ਤੇ ਮਿੰਟੂ ਜੀ, ਸੁਖਬੀਰ ਬਾਦਲ ਹੁਣਾਂ ਦਾ ਬਿਆਨ ਆਇਆ, ਕਹਿੰਦੇ ਵੀ ਜੇ ਉਹਨਾਂ ਨੇ ਸਿੱਖ ਮਸਲਿਆਂ ਦੇ ਵਿੱਚ ਭਾਜਪਾ ਨੇ ਕੋਈ ਦਖਲ ਅੰਦਾਜ਼ੀ ਕੀਤੀ ਤਾਂ ਅਸੀਂ ਉਹਨਾਂ ਦੇ ਨਾਲ ਨਾਤਾ ਤੋੜ ਸਕਦੇ ਹਾਂ। ਇਹ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ, ਸੁਖਬੀਰ ਸਿੰਘ ਬਾਦਲ ਨੇ ਜੇ ਕੋਈ ਆਖਿਆ ਤੇ ਫਿਰ ਤਾਂ ਬਹੁਤ ਵੱਡੀ ਗੱਲ ਆ। ਇਹ ਤੇ ਇਹਨੇ ਰਿਐਕਟ ਕੀਤਾ ਸੁਖਬੀਰ ਸਿੰਘ ਬਾਦਲ ਨੇ, ਫਿਰ ਤਾਂ ਸਮਝ ਲਓ ਮਾਮਲਾ ਗੜਬੜਿਆ। ਅਧਿਕਾਰਤ ਤੌਰ ਤੇ ਮਨਜਿੰਦਰ ਸਿੰਘ ਸਿਰਸਾ ਦਾ ਇੱਕ ਬਿਆਨ ਉਹਦੇ ਉਹਦੇ ਪ੍ਰਤੀਕਰਮ ਦੇ ਰੂਪ ਦੇ ਵਿੱਚ ਜਿਹੜੀ ਰਾਸ਼ਟਰੀ ਸਿੱਖ ਸੰਗਤ ਉਹਨੇ ਪ੍ਰੈਸ ਨੋਟ ਜਾਰੀ ਕਰ ਦਿੱਤਾ ਕਿ ਜਿਹੜੇ ਧਾਰਮਿਕ ਸੰਸਥਾਨ ਹੈ ਇਕੱਲਾ ਉਹ ਅਕਾਲੀਆਂ ਦਾ ਉਹਨਾਂ ਤੇ ਹੱਕ ਨਹੀਂ ਹੈ, ਹੋਰ ਵੀ ਸਿੱਖ ਆ। ਮਾਮਲਾ ਤੇ ਜਿਹੜਾ ਉਹ ਇਹਨਾਂ ਦਾ ਵਿਗੜ ਗਿਆ, ਤੇ ਜੇ ਇਹਦੇ ਚ ਸੁਖਬੀਰ ਸਿੰਘ ਬਾਦਲ ਦੀ ਕੋਈ ਕੱਲ ਨੂੰ ਟਿੱਪਣੀ ਆ ਜਾਂਦੀ ਜਾਂ ਪਰਸੋਂ ਆ ਜਾਂਦੀ ਆ ਤਾਂ ਫਿਰ ਸਮਝ ਲਓ ਮਾਮਲਾ ਗੜਬੜਿਆ। ਆਪਾਂ ਵੈਸੇ ਵੀ ਮੈਂ ਤੇ ਤੁਹਾਨੂੰ ਕੱਲ ਹੀ ਕਹਿਤਾ ਸੀਗਾ ਕਿ ਅਕਾਲੀਆਂ ਤੇ ਭਾਜਪਾ ਵਾਲਿਆਂ ਦੇ ਦਰਮਿਆਨ ਆਪਸ ਦੇ ਵਿੱਚ ਕੁਛ ਥੋੜੇ ਜੇ ਗਿਲੇ ਸ਼ਿਕਵੇ ਆ, ਉਹ ਹੁਣ ਕੁਛ ਵੀ ਇਸ਼ੂ ਬਣਾ ਦੇਣ, ਪਰ ਅਸਲ ਚ ਰਾਜ ਕਰਮਵੀਰ ਸਿੰਘ ਦੀ ਕਹਾਣੀ ਜਿਹੜੀ ਆ ਉਹ ਇੱਕ ਦੂਜੇ ਨੂੰ ਪ੍ਰੈਸ਼ਰਾਈਜ਼ ਕਰਨ ਦੀ, ਟਿਕਟਾਂ ਦੀ ਵੰਡ ਤੋਂ ਵੀ ਇਹਨਾਂ ਦਾ ਰੌਲਾ, ਤੇ ਫਿਰ ਜਿਹੜੇ ਆ ਰਵਾਇਤੀ ਸੀਟਾਂ ਨੇ ਜਿੱਦਾਂ ਰੇਸ਼ੋ ਦੇ ਵਿੱਚ ਸੀਟਾਂ ਹੀ ਵਾਲੀਆਂ ਨੇ ਉਹਨਾਂ ਦੇ ਵਟਾਂਦਰੇ ਨੂੰ ਲੈ ਕੇ ਵੀ ਇੱਕ ਰੌਲਾ ਰੱਪਾ ਇਹਨਾਂ ਦੇ ਦਰਮਿਆਨ ਚੱਲਦਾ ਪਿਆ। ਜੀ ਤੇ ਇਹ ਜਿਹੜਾ ਪਟਨਾ ਸਾਹਿਬ ਹਜ਼ੂਰ ਸਾਹਿਬ ਉੱਥੋਂ ਦੀ ਉੱਥੇ ਜਿਹੜੀ ਸਰਕਾਰੀ ਦਖਲ ਅੰਦਾਜ਼ੀ, ਆਈ ਥਿੰਕ ਉਹ ਤੋਂ ਬਾਅਦ ਦੇ ਵਿੱਚ ਜ਼ਿਆਦਾ ਮਸਲਾ ਭਖਿਆ। ਨਹੀਂ, ਇਹਨਾਂ ਨੂੰ ਇੱਕ ਸਵਾਲ ਕੀਤਾ ਜਾਣਾ ਚਾਹੀਦਾ ਮਨਜਿੰਦਰ ਸਿੰਘ ਸਿਰਸਾ ਨੂੰ, ਕਿ ਜਿਹੜਾ ਤਾਰਾ ਸਿੰਘ ਪ੍ਰਧਾਨ ਬਣਾਇਆ ਸੀਗਾ, ਕਿ ਤਾਰਾ ਸਿੰਘ ਨੂੰ ਪ੍ਰਧਾਨ ਤੁਸੀਂ ਬਣਾ ਕੇ ਆਏ ਸੀ ਉੱਥੇ? ਤਾਰਾ ਸਿੰਘ 20 ਤੇ ਉਹ ਪਿਛਲੀ ਸਰਕਾਰ ਨੇ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਬਣਾਇਆ, ਉਹੀ ਸਰਕਾਰ ਚੱਲੀ ਜਾਂਦੀ ਆ। ਉਦੋਂ ਤੁਸੀਂ ਬੋਲੇ ਨੀ ਕਿ ਉਹ ਬੰਦਾ ਸਿੱਖ ਮਰਿਆਦਾ ਦਾ ਧਾਰਨੀ ਹੈ, ਕਿ ਬੰਦਾ ਸਿੱਖ ਸਿਧਾਂਤਾਂ ਦਾ ਧਾਰਨੀ ਹੈ। ਤੁਸੀਂ ਵੇਖੋ ਉਹਦੀ ਫੋਟੋ ਦੇਖ ਲਓ, ਤੁਹਾਨੂੰ ਪਤਾ ਲੱਗ ਜੂ ਉਹ ਤੇ ਭਾਰਤੀ ਜਨਤਾ ਪਾਰਟੀ ਦਾ MLA। ਇਹ ਜਿਹੜੀਆਂ ਚੀਜ਼ਾਂ ਨੇ ਉਹ ਸਾਫ਼ ਕਰਦੀਆਂ ਕਿ ਅਸਲ ਦੇ ਵਿੱਚ ਰੌਲਾ ਜਿਹੜਾ ਉਹ ਸਿਆਸਤ ਦੇ ਮੁਫਾਦਾਂ ਦਾ, ਤਾਂ ਮੁਫਾਦ ਜਦੋਂ ਪ੍ਰਭਾਵਿਤ ਹੁੰਦੇ ਉਦੋਂ ਇਸ ਤਰ੍ਹਾਂ ਦਾ ਰੌਲਾ ਰੱਪਾ ਜਿਹੜਾ ਉਹ ਕਿਸੇ ਨਾ ਕਿਸੇ ਬਹਾਨੇ ਪਾਇਆ ਜਾਂਦਾ। ਤਾਂ ਸਭ ਤੋਂ ਵਧੀਆ ਤਰੀਕਾ ਹੁੰਦਾ ਕਿ ਧਾਰਮਿਕ ਮੁੱਦਾ ਚੁੱਕੋ, ਉਹਦੇ ਤੇ ਰਾਜਨੀਤੀ ਕਰੋ। ਜੀ ਤੇ ਵੈਸੇ ਜੇ ਮਿੰਟੂ ਜੀ ਇਹਨਾਂ ਦਾ 9 ਮਾਸ ਦਾ ਰਿਸ਼ਤਾ ਪਤੀ ਪਤਨੀ ਵਾਲਾ ਟੁੱਟਦਾ ਆ, ਤੇ ਫਿਰ ਸਿਆਸੀ ਸਮੀਕਰਨ ਪੰਜਾਬ ਦੇ ਵਿੱਚ ਕਿੱਦਾਂ ਦੇ ਹੋ ਸਕਦੇ ਨੇ? ਦੇਖੋ ਸਮੀਕਰਨ ਤੇ ਮੈਨੂੰ ਨੀ ਲੱਗਦਾ ਕਿ ਇਹਨਾਂ ਦੋਨਾਂ ਵਾਸਤੇ ਕੋਈ ਸਮੀਕਰਨ ਜਿਹੜੇ ਬਦਲਣੇ, ਇਹਨਾਂ ਦੀ ਰਾਸ਼ੀ ਤੇ ਹਾਲੇ ਖਰਾਬ ਹੀ ਚੱਲਦੀ, ਨਾ ਭਾਜਪਾ ਦੀ ਰਾਸ਼ੀ ਠੀਕ ਹੋਣ ਲੱਗੀ ਨਾ ਅਕਾਲੀਆਂ ਦੀ। ਸਮੀਕਰਨ ਕੀ ਬਦਲ ਸਕਦੇ ਕਿ ਭਾਰਤੀ ਜਨਤਾ ਪਾਰਟੀ ਅਲਾਇੰਸ ਆ ਸਕਦੀ, ਕਿਹਦੇ ਨਾਲ ਆ ਸਕਦੀ ਆ? ਉਹ ਇੱਕ ਧੜਾ ਮੈਨੂੰ ਜਾਪਦਾ ਜਿਹੜਾ ਬੈਸੋਰਾਂ ਦਾ ਵੀ ਹੋ ਸਕਦਾ, ਹੋ ਸਕਦਾ, ਕਿਉਂਕਿ ਉਹਨਾਂ ਨੇ ਤੁਹਾਨੂੰ ਯਾਦ ਹੋਣਾ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਕੀ ਕੀਤਾ ਸੀ। ਇੱਕ ਵਿਕਲਪ, ਇੱਕ ਬਦਲ ਹੈ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਕੋਲ ਹੋ ਸਕਦਾ, ਕਿਉਂਕਿ ਕਾਂਗਰਸ ਦੇ ਨਾਲ ਜਾ ਨੀ ਸਕਦੇ, ਅਕਾਲੀਆਂ ਨਾਲ ਟੁੱਟ ਗਏ, ਤਾਂ ਫਿਰ ਧੜਾ ਲੈ ਦੇ ਕੇ ਆਮ ਆਦਮੀ ਪਾਰਟੀ ਦਾ ਬੱਚਾ, ਤੇ ਜਾਂ ਫਿਰ ਉਹਨਾਂ ਦਾ ਬੱਚਾ। ਆਮ ਆਦਮੀ ਪਾਰਟੀ ਵਾਲੇ ਭਾਰਤੀ ਜਨਤਾ ਪਾਰਟੀ ਨਾਲ ਜਾਣਗੇ ਨੀ, ਕਿਉਂਕਿ ਕੌਮੀ ਪੱਧਰ ਤੇ ਫਿਰ ਉਹਨਾਂ ਦਾ ਅਲਾਇੰਸ ਗੜਬੜਾ ਜਾਏਗਾ। ਇਸ ਸੂਰਤ ਦੇ ਵਿੱਚ ਤੁਸੀਂ ਦੇਖ ਲਓ ਕਿਹੜਾ ਧੜਾ ਰਹਿ ਗਿਆ, ਜਿਹੜੇ ਸਾਰਿਆਂ ਨੂੰ ਵੱਖ ਹੋਏ ਪਏ ਨੇ ਇਸ ਟਾਈਮ। ਬਿਲਕੁਲ, ਹੁਣ ਦੇਖਿਆ ਜਾਵੇ ਤਾਂ ਮਿੰਟੂ ਜੀ, ਜਦੋਂ ਬਾਹਰਲੇ ਮੁਲਕਾਂ ਦੇ ਗੁਰਦੁਆਰਿਆਂ ਨੇ ਕਿਹਾ ਸੀਗਾ ਵੀ ਕੋਈ ਵੀ ਸਿਆਸੀ ਬੰਦਾ ਇੱਥੇ ਨਾ ਆਵੇ, ਤਾਂ ਉਦੋਂ ਕਿੱਦਾਂ ਸਾਰੇ ਉੱਥੇ ਉਛਲ ਉਛਲ ਕੇ ਬੋਲਦੇ ਸੀ, ਤੇ ਹੁਣ ਕਹਿੰਦੇ ਵੀ ਸਰਕਾਰ ਦਖਲਅੰਦਾਜ਼ੀ ਕਰਦੀ ਹੈ ਤਾਂ ਉਹ ਵੀ ਸਿਆਸਤ ਵਾਲੇ ਹੀ ਆ। ਹੁਣ ਜਿਹੜੇ ਆ ਉਹ ਹੋਰ ਤਰੀਕੇ ਦਾ ਇਹਨਾਂ ਦਾ ਜਿਹੜੇ ਬਿਆਨ ਆ ਉੱਧਰੋਂ ਆ ਰਹੇ ਨੇ, ਸੋ ਬਾਹਰਲਿਆਂ ਨੂੰ ਇਹ ਬਹੁਤ ਜਿਹੜੇ ਨਿੰਦਣ ਦੇ ਵੱਲ ਨੂੰ ਜਿਹੜੇ ਰਹਿੰਦੇ ਨੇ, ਇਹਨਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ, ਪੀੜ੍ਹੀ ਥੱਲੇ ਸੋਟੇ ਮਾਰਦੇ ਰਹਿਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖ਼ਬਰਾਂ ਬਾਰੇ ਜਾਣਕਾਰੀ ਦਿੱਤੀ। ਬਾਕੀ ਜਿਹੜੀ ਰਾਸ਼ਟਰੀ ਸਿੱਖ ਸੰਗਤ ਆ ਉਹਨਾਂ ਬਾਰੇ ਤੇ ਲੋਕੀ ਬੜੀਆਂ ਗੱਲਾਂ ਕਰਦੇ, ਕਹਿੰਦੇ ਕਿ ਇਹਨੂੰ ਕਹਿੰਦੇ ਕਿ ਮੰਗਣ ਆਈ ਘਰ ਤੇ ਕਬਜ਼ਾ ਕਰਕੇ ਬਹਿ ਗਈ। ਬਿਲਕੁਲ ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਤੇ ਸਰੋਤੇ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ, ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ, ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।